ਅਸੰਗਤ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮਗਰ ਪੈਂਦੀ ਬਰਫ਼ ਦੇਖ ਰਹੇ ਹਾਂ ਮਾਈਨਸ 10 ਡਿਗਰੀ ਹੈ ਅਸੀਂ ਇਹੋ ਜੀ ਬਰਫ਼ ਦੇ ਵਿੱਚ 10 15 20 25 40 ਡਿਗਰੀ ਤੱਕ ਅਸੀਂ ਪਾਕਿਸਤਾਨ ਚ ਚਾਈਨਾ ਨਾਲ ਮੱਥਾ ਲਾਉਨੇ ਆ ਸਾਡੇ ਬਜ਼ੁਰਗ ਐਸਟਮ ਦਿੱਲੀ ਬੈਠੇ ਨੇ ਅਸੀਂ ਵੀ ਅਜੇ ਤੱਕ ਕੋਈ ਬਿਆਨਬਾਜ਼ੀ ਫੇਸਬੁੱਕ ਵਗੈਰਾ ਸਾਨੂੰ ਚਲੋ ਲਾਗੂ ਨਹੀਂ ਆ ਅਸੀਂ ਵਟਸਐਪ ਤੇ ਕਰ ਰਹੇ ਹਾਂ ਠੀਕ ਹੈ ਸਾਹੀ ਅਜੇ ਤੱਕ ਕੋਈ ਬਿਆਨਬਾਜ਼ੀ ਕਿਸੇ ਵਟਸਐਪ ਜਾਂ ਕਿਸੇ ਵੀ ਵੀਡੀਓ ਦੇ ਵਿੱਚ ਅਸੀਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਚਲੋ ਕਿਸੇ ਨਾ ਮੱਥਾ ਮਾਰੀਏ ਗੁੱਸਾ ਉਦੋਂ ਆਇਆ ਵੀਰ ਜੀ ਜਦੋਂ ਇੱਕ ਫੌਜੀ ਵੀਰ ਨੇ ਸਿਰਫ ਕੀ ਗੱਲ ਕੀਤੀ ਸੀ ਕਿ ਮੋਦੀ ਸਾਹਿਬ ਸਾਡਾ ਵੀ ਡਿਊਟੀਆਂ ਤੇ ਬਹਿ ਕੇ ਡਿਊਟੀ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਸਾਡੇ ਘਰਾਂ 'ਚ ਪ੍ਰੋਬਲਮ ਹੈ ਐਸਟਮ ਸਾਡੇ ਜਿੰਨੇ ਵੀ ਵੱਡੇ ਬਜ਼ੁਰਗ ਨੇ ਸਾਰੇ ਐਸਟਮ ਕਿੱਥੇ ਬੈਠੇ ਨੇ ਦਿੱਲੀ ਠੀਕ ਹੈ ਜੀ ਮੈਂ ਇਸ ਕਰਕੇ ਅੱਜ ਲਾਈਵ ਮਤਲਬ ਵੀਡੀਓ ਬਣਾ ਰਿਹਾ ਕਿ ਮੈਨੂੰ ਗੁੱਸਾ ਆ ਰਨਵ ਗੋਸਵਾਮੀ ਜੋ ਕਿ ਆਰ ਭਾਰਤ ਦਾ ਐਂਕਰ ਉਹ ਦਲਾਲ ਗੱਦਾਰ ਤੇ ਉਸ ਦੱਲੇ ਨੂੰ ਇੰਨਾ ਪੁੱਛਿਓ ਉਸ ਬੜਵੇ ਨੂੰ ਇੰਨਾ ਪੁੱਛਿਓ ਕਿ ਤੂੰ ਜਿਹੜੀ ਆਈਡੈਂਟੀਟੀ ਚੈੱਕ ਕਰ ਰਿਆ ਹੈ ਤੇਰੀ ਔਕਾਤ ਹੈ ਉਹਦੀ ਆਈਡੈਂਟੀਟੀ ਚੈੱਕ ਕਰਨ ਦੀ ਹੈ ਕਦੇ ਘਰੋਂ ਬਾਹਰ ਨਿਕਲ ਕੇ ਇਸ ਸਰਕਾਰ ਦੇ ਤਲਵੇ ਚੱਟਣ ਤੋਂ علاوہ ਕੋਈ ਕੰਮ ਕੀਤਾ ਤੂੰ ਸਿਰਫ ਤੇ ਸਿਰਫ ਅੱਜ ਉੱਠਿਆ ਉੱਠ ਕੇ ਤੇ ਤੂੰ ਐਂਕਰ ਬਣ ਕੇ ਤੇ ਤੂੰ ਬਕਵਾਸ ਮਾਰਨ ਲੱਗ ਗਿਆ ਵੀਰੇ ਫੌਜੀ ਦੇ ਉਂਗਲ ਨਾ ਚੁੱਕੋ ਚੰਗੇ ਰਹੋਗੇ ਠੀਕ ਆ ਅਸੀਂ ਕੱਲ ਵੀ ਫੌਜੀ ਜਿਵੇਂ ਮਰਜੀ ਆ ਸਰਦਾਰਾਂ ਹੀ ਇੱਕ ਦੂਜੇ ਦਾ ਪੱਖ ਪੂਰਾਗੇ ਜਿੱਥੇ ਮਰਜੀ ਖੜਾ ਕਰ ਲਿਓ ਸੰਦੂਜੀ ਗੱਲ ਇੱਕ ਦਿਨ ਬਾਬਾ ਦਮਦਮੀ ਟਕਸਾਲ ਵਾਲੇ ਨੇ ਰਾਜਪੁਰੇ ਜੱਥੇ ਵਾਲੇ ਨੇ ਇਹ ਬਿਆਨਬਾਜ਼ੀ ਕੀਤੀ ਸੀ ਕਹਿੰਦਾ ਵੀ ਫੌਜੀਆ ਦਾ ਕੋਈ ਵੀ ਬਿਆਨ ਨਹੀਂ ਆ ਰਿਹਾ ਵਾਹਿਗੁਰੂ ਜੀ ਅਸੀਂ ਕਿਸੇ ਚੀਜ਼ ਦਾ ਕੋਈ ਬਿਆਨ ਨਹੀਂ ਦਵਾਂਗੇ ਬੇਫਿਕਰ ਰੋ ਠੀਕ ਹੈ ਪਰ ਸਾਡਾ ਹੱਥ ਕੱਲ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਨਾਲ ਸੀ ਅੱਜ ਵੀ ਹੈ ਤੇ ਕੱਲ ਨੂੰ ਵੀ ਰੋਗ ਮੇਰਾ ਵੀ ਇਸ ਚੀਜ਼ ਤੋਂ ਬੇਫਿਕਰੇ ਰਹੋ ਕਿ ਜੇ ਤੁਹਾਨੂੰ ਲੋੜ ਪਈ ਅਸੀਂ ਪਿੱਛੇ ਹਟਾਂਗੇ ਨਹੀਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਅੱਜ ਵੀ ਤੁਹਾਡੇ ਨਾਲ ਆ ਕੱਲ ਵੀ ਤੁਹਾਡੇ ਨਾਲ ਆ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਠੀਕ ਹੈ ਜੀ ਤੀਜੀ ਗੱਲ ਜੇ ਅਸੀਂ ਇਸ 10 20 50 ਡਿਗਰੀ ਤੱਕ 10 20 50 ਡਿਗਰੀ ਤੱਕ ਅਸੀਂ ਪਾਕਿਸਤਾਨ ਦੇ ਉਹਨਾਂ ਨਾਲ ਮੱਥਾ ਲਾ ਸਕਦੇ ਆ ਨਾ ਤੂੰ ਹੀ ਤਾਂ ਪੁੱਤ ਚੀਜ਼ ਹੀ ਕੁਛ ਨਹੀਂ ਉਹ ਸਾਡੇ ਸਾਹਮਣੇ ਉਹ ਐਹੀ ਗਰੰਟੀ ਦਿੰਨੇ ਅਰਨਵ ਗੋਸਵਾਮੀ ਤੈਨੂੰ ਮੈਂ ਗਰੰਟੀ ਦਿੰਦਾ ਜਿੱਦਣ ਕਿ ਤੇ ਟੱਕਰਿਆ ਨਾ ਪੁੱਤ ਚੱਪਲ ਹੀ ਚੱਪਲ ਨਾਲ ਕੁੱਟੂਗਾ ਤੇ ਤੈਨੂੰ ਕੱਛੇ ਜਨਾਕ ਸੀਟੇ ਨਾ ਤੇ ਮੈਨੂੰ ਵੀ ਜੱਟ ਦਾ ਪੁੱਤ ਨਾ ਕਿ ਐਨਾ ਧਿਆਨ ਰੱਖੀ ਠੀਕ ਆ ਦੂਜੀ ਗੱਲ ਜਿੱਦਣ ਕਿ ਤੇ ਆਈ ਤੇ ਆਗੇ ਨਾ ਪੁੱਤ ਬਰਬਾਦ ਕਰਨ ਲੱਗੇ ਕੁਛ ਨਹੀਂ ਛੱਡਾਂਗੇ ਠੀਕ ਆ ਇਹ ਤਾਂ ਮੈਂ ਆਪਣੇ ਜਰਨਲ ਨੂੰ ਸਲੂਟ ਕਰਦਾ ਜਿਨ੍ਹਾਂਏ ਤੁਹਾਡੇ ਵਰਗੀ ਸਰਕਾਰਾਂ ਦੇ ਮੂੰਹ ਮੋੜੇ ਨੇ ਹਾਂ ਜਾ ਕੇ ਮਣਾ ਕਰਕੇ ਆਏ ਕਿ ਨਹੀਂ ਬਾਈ ਇਹ ਆਤੰਗਵਾਦੀ ਨਹੀਂ ਹੈ ਸਮਝ ਗਏ ਜੇ ਸਾਡੇ ਵੱਡੇ ਬਜ਼ੁਰਗ ਆਤੰਗਵਾਦੀ ਨੇ ਨਾ ਤੇ ਵੀ ਇਹ ਵਰਦੀ ਪਾਈ ਹੋਈ ਹੈ ਠੀਕ ਆ ਕੱਲ ਨੂੰ ਦਿੱਲੀ ਜਾ ਕੇ ਬਹਿ ਜਾਗਾ ਨਾ ਸਾਨੂੰ ਵੀ ਆਤੰਗਵਾਦੀ ਕਹੋਗੇ ਤੁਹਾਡੇ ਵਰਗੇ ਦਲਾਲ ਇਹੋ ਜਿਹੇ ਨੇ ਨਾ ਜਿਨ੍ਹਾਂ ਦੀ ਮੂੰਹ ਤੋੜ ਮੈਂ ਹੁਣ ਵੀ ਰੱਖਦਾ ਮੇਰੀ ਗੱਡੀ ਗਵਾਚੀ ਸੀ ਮੈਂ ਆਰ ਭਾਰਤ આજ ਤੱਕ ਤੇ న్యూਸ 18 ਵਾਲਿਆਂ ਨਾਲ ਕੰਟੈਕਟ ਕੀਤਾ ਸੀ ਮੇਰੀ న్యూਸ ਲੌਨ ਤੋਂ ਵੀ ਤੁਸੀਂ ਮਨਾ ਕਰ ਦਿੱਤਾ ਸੀ ਠੀਕ ਆ ਤੇ ਮੇਰੀ ਇੱਕ ਲੋਕਲ ਚੈਨਲ ਤੇ ਹੀ ਸਿਰਫ ਦੀਪ ਨਿਊਜ਼ ਐਕਸਪ੍ਰੈਸ ਹੈ ਜਿਹੜਾ ਅੰਮ੍ਰਾਲੇ ਦਾ ਚੈਨਲ ਉਸ ਤੇ ਹੀ ਨਿਊਜ਼ ਆਈ ਸੀ ਉਸ ਤੋਂ ਇਲਾਵਾ ਕਿਤੇ ਨਿਊਜ਼ ਨਹੀਂ ਆਈ ਸੀ ਜਿਹਾ દੈਨਿਕ ਵਾਸਕਰ ਵਾਲਿਆਂ ਨੇ ਮੇਰੇ ਅਖਬਾਰ 'ਚ ਛਾਪੀ 4 ਦਿਨ ਤੁਸੀਂ ਸਾਲਿਓ ਸਾਡੇ ਸਿਰਾਂ ਤੇ ਕੀ ਰਾਜ ਕਰੋਗੇ ਅਸੀਂ ਕਦੇ ਬੋਲੇ ਹਾਂ ਤੁਹਾਨੂੰ ਤੁਸੀਂ ਨਿਊਜ਼ 'ਚ ਕੁਝ ਵੀ ਦਿਖਾਉਂਦੇ ਰਹਿੰਨ ਅਸੀਂ ਅਜੇ ਤੱਕ ਨਹੀਂ ਬਟੋਕਿਆ ਨਾ ਫੌਜ ਦੇ ਸਿਰ ਤੇ ਰਾਜਨੀਤੀ ਕਰਨਾ ਛੱਡੋ ਆਪੋ ਆਪਣੇ ਕੰਮ ਕਰ ਲਓ ਠੀਕ ਆ ਸਾਨੂੰ ਉਂਗਲ ਕਰੋਗੇ ਅਸੀਂ ਉਂਗਲਾਂ ਤੋੜਾਂਗੇ ਸਾਡੇ ਵਾਲ ਹੱਥ ਕਰੋਗੇ ਅਸੀਂ ਹੱਥ ਵੱਡਾਂਗੇ ਠੀਕ ਆ ਐਨੀ ਬੇਨਤੀ ਪ੍ਰਵਾਨ ਕਰਿਓ ਅਰਨਵ ਘੋਸ਼ਵਾਮੀ ਕਸਮ ਨਾਲ ਬੋਲਦਾ ਜਿੱਦਣ ਮੈਨੂੰ ਮਿਲਿਆ ਨਾ ਵੀਰੇ ਤੈਨੂੰ ਇਹੋ ਜੀ ਚੱਪਲ ਫੇਰਾਂਗਾ ਨਾ ਇਹੋ ਜੀ ਚੱਪਲ ਫੇਰਾਂਗਾ ਤੇਰੇ ਤੈਨੂੰ ਨੰਗਾ ਕਰਕੇ ਨਾ ਕਿ ਸੀੜਿਆ ਨਾ ਮੇਰੇ ਨੂੰ ਨਾ ਕਹੀਂ ਕਿਉਂਕਿ ਸਿਰਫ ਇੱਕ ਤੂੰ ਫੌਜੀ ਦੇ ਉੱਤੇ ਉਂਗਲ ਚੁੱਕੀ ਆ ਹੋਰ ਕਿਸੇ ਗੱਲੋਂ ਨਹੀਂ ਤੂੰ ਅੱਜ ਤੱਕ ਸਾਲੇ ਖਾਲਸਾ ਜਿਹੜਾ ਵਾਲੇ ਜਿਹੜਾ ਰਵੀ ਸਿੰਘ ਖਾਲਸਾ ਜੀ ਉਹਨੂੰ ਉਹਦੇ ਤੱਕ ਤੂੰ ਉਂਗਲਾਂ ਚੱਕ ਰਿਹਾ ਉਹ ਕਦੇ ਉਸ ਬੰਦੇ ਦਾ ਨਾ ਤੁਸੀਂ ਦੇਣ ਨਹੀਂ ਦੇ ਸਕਦੇ ਸਮਝ ਗਏ ਉਹ ਬੰਦੇ ਨੇ ਜਿੱਥੇ ਜਾ ਕੇ ਨਾ ਲੰਗਰ ਲਾ ਲੇ ਉਥੇ ਤੱਕ ਤੁਸੀਂ ਜਾਣਾ ਤਾਂ ਬੜੀ ਦੂਰ ਦੀ ਗੱਲ ਤੁਸੀਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਕੀ ਸਾਨੂੰ ਮਜਬੂਰ ਨਾ ਕਰੋ ਦੁਬਾਰਾ ਲਾਈਵ ਹੋਣ ਦੇ ਕਿਤੇ